ਕੀ ਤੁਸੀਂ ਸੁਣਿਆ ਕਿ ਕੋਈ ਕਾਰ ਸੜਕਾਂ ਉੱਤੇ ਤੇਜ਼ ਰਫ਼ਤਾਰ ਨਾਲ ਦੌੜ ਰਹੀ ਹੋਵੇ ਅਤੇ ਉਸਦਾ ਡਰਾਈਵਰ ਚਲਦੀ ਕਾਰ ਵਿੱਚ ਹੀ ਘੋੜੇ ਵੇਚ ਕੇ ਸੁੱਤਾ ਪਿਆ ਹੋਵੇ? ਜੀ ਹਾਂ, ਅਜਿਹਾ ਇੱਕ ਹੈਰਾਨੀਜਨਕ ਮਾਮਲਾ ਅਮਰੀਕਾ ਦੇ ਬੋਸਟਨ ਦਾ ਹੈ, ਜਿੱਥੇ ਕਿ ਦੋ ਵਿਅਕਤੀ ਆਟੋ ਪਾਇਲਟ ਮੋਡ 'ਤੇ ਲਾ ਕੇ ਗੱਡੀ ਵਿੱਚ ਹੀ ਸੌ ਗਏ। ਇਸ ਸਾਰੀ ਘਟਨਾ ਦੀ ਇੱਕ ਸ਼ਖਸ ਨੇ ਵੀਡੀਓ ਵੀ ਬਣਾ ਲਈ। ਵੀਡੀਓ ਬਣਾਉਣ ਵਾਲੇ ਸ਼ਖਸ ਦਾ ਨਾਮ ਰੈਂਡਲ ਹੈ, ਜੋ ਕਿ ਇੱਕ ਖੇਡ ਪੱਤਰਕਾਰ ਹੈ। ਉਸਦੇ ਮੁਤਾਬਿਕ ਉਸਨੇ ਕਈ ਵਾਰ ਕਾਰ ਵਿੱਚ ਸੁੱਤੇ ਵਿਅਕਤੀਆਂ ਨੂੰ ਹਾਰਨ ਵਜਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਉੱਠੇ। ਉੱਧਰ ਬੋਸਟਨ ਪੁਲਿਸ ਦਾ ਕਹਿਣਾ ਹੈ ਕਿ ਉਹ ਕਾਰ ਚਾਲਕ ਦਾ ਪਤਾ ਲਗਾ ਰਹੀ ਹੈ। ਦੂਜੇ ਪਾਸੇ ਲੋਕਾਂ ਨੇ ਇਸ ਵੀਡੀਓ ਨੂੰ ਨਕਲੀ ਵੀ ਦੱਸਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਆਟੋ ਪਾਇਲਟ ਮੋਡ 'ਤੇ ਕਾਰ ਲਗਾ ਕੇ ਡਰਾਈਵਰ ਚਲਦੀ ਕਾਰ ਵਿੱਚ ਸੁੱਤੇ ਹੋਣ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ ਲਈ।